ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਹੀਰੋਸ਼ੀਮਾ ਪਹੁੰਚੇ ਹੋਏ ਨੇ। ਦਰਅਸਲ ਜਾਪਾਨ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੁਨੇਹਾ ਦੇਣ ਲਈ G7 ਦੀ ਮੇਜ਼ਬਾਨੀ ਕਰ ਰਿਹਾ ਹੈ। ਇੱਥੇ G7 ਮੁਲਕਾਂ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਹੋਣੀ ਹੈ, ਜਿਸ ਵਿੱਚ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲੇ ਕਈ ਅਹਿਮ ਮੁੱਦਿਆਂ ਉੱਤੇ ਚਰਚਾ ਹੋਵੇਗੀ। ਹੀਰੋਸ਼ੀਮਾ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਮੋਹਨਦਾਸ ਕਰਮਚੰਦ ਗਾਂਧੀ ਦੇ ਬੁੱਤ ਦੀ ਘੁੰਡ ਚੁਕਾਈ ਕੀਤੀ। G7 ਸਮਿਟ ਕੀ ਮੇਰੀ ਇਸ ਵਿਜ਼ਿਟ ਮੈਂ ਮੁਝੇ ਸਬਸੇ ਪਹਿਲੇ ਪੂਜ ਮਹਾਤਮਾ ਗਾਂਧੀ ਕੀ ਪ੍ਰਤਿਮਾ ਕਾ ਅਨਾਵਰਣ ਕਾ ਸੌਭਾਗ੍ਯ ਮਿਲਣਾ ਇਹ ਆਪਣੇ ਆਪ ਮੇਂ ਇੱਕ ਬਹੁਤ ਹੀ ਬੜਾ ਸੁਯੋਗ ਹੈ। ਹੀਰੋਸ਼ੀਮਾ ਕੀ ਧਰਤੀ ਪਰ ਔਰ ਜਾਪਾਨ ਜੋ ਕਿ ਭਗਵਾਨ ਬੁੱਧ ਕੇ ਵਿਚਾਰੋਂ ਕੇ ਥੇ ਪੱਲਵਿਤ ਪੋਸ਼ਿਤ ਹੈ, ਵਹਾਂ ਪੂਜ ਬਾਪੂ ਕੀ ਪ੍ਰਤਿਮਾ ਅਹਿੰਸਾ ਕੇ ਕਰੁਣਾ ਕੇ ਉਨ ਵਿਚਾਰੋਂ ਕੋ ਆਗੇ ਲੈ ਜਾਣੇ ਮੇਂ ਬਹੁਤ ਬੜੀ ਪ੍ਰੇਰਣਾ ਬਣੇਗੀ। ਜਾਪਾਨ ਪਹੁੰਚਦੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਵਿਚ ਰਹਿੰਦੇ ਭਾਰਤੀ ਮੂਲ ਦੇ ਕਈ ਲੋਕਾਂ ਨਾਲ ਮੁਲਾਕਾਤ ਕੀਤੀ। ਦੱਸ ਦਈਏ ਕਿ G7 ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੋਂ ਇਲਾਵਾ ਕਈ ਲੀਡਰ ਹੀਰੋਸ਼ੀਮਾ ਪਹੁੰਚੇ ਹੋਏ ਨੇ। G7 ਦੇ ਏਜੰਡੇ ਦੇ ਵਿੱਚ ਰੂਸ ਯੂਕਰੇਨ ਜੰਗ, ਖਾਣ ਵਾਲੀਆਂ ਚੀਜ਼ਾਂ ਦਾ ਸੰਕਟ, ਮਹਿੰਗਾਈ, ਵਾਤਾਵਰਣ ਤਬਦੀਲੀ ਅਤੇ ਸਿਹਤ ਤੋਂ ਇਲਾਵਾ ਕਈ ਮੁੱਦੇ ਸ਼ਾਮਲ ਨੇ। G7 1975 ਵਿੱਚ ਬਣਿਆ ਸੀ। 1997 ਵਿੱਚ ਰੂਸ ਦੇ ਸ਼ਾਮਲ ਹੋਣ ਤੋਂ ਬਾਅਦ G8 ਬਣਿਆ। G7 ਦੁਨੀਆ ਦੇ 7 ਵੱਡੇ ਵਿਕਸਿਤ ਦੇਸ਼ਾਂ ਦਾ ਇੱਕ ਸਮੂਹ ਹੈ। ਇਸ ਦੇ ਮੈਂਬਰ ਮੁਲਕਾਂ ਦੇ ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਹਨ। ਇਸ ਸਾਲ ਭਾਰਤ ਸਣੇ 8 ਹੋਰ ਮੁਲਕਾਂ ਨੂੰ ਵੀ G7 ਲਈ ਸੱਦਾ ਦਿੱਤਾ ਗਿਆ। 2014 ਦੇ ਵਿੱਚ ਰੂਸ ਨੂੰ ਇਸ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਹ ਮੁੜ G7 ਬਣਿਆ।